ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਂਜੀ ਅੱਜ ਆਪਾਂ ਤੁਹਾਨੂੰ 2019-23 ਦੀ ਪਰਫੈਕਟ ਫੀਟਿੰਗ ਬਾਰੇ ਦੱਸਾਂਗੇ ਜੀ, ਇਸ ਦੀਆਂ ਕਿਸ ਤਰ੍ਹਾਂ ਨਿਸ਼ਾਨੀਆਂ ਲੱਗਦੀਆਂ। 12 ਤਾਂ ਆਪਾਂ 6.5 'ਤੇ ਨਿਸ਼ਾਨ ਲਾਵਾਂਗੇ ਜੀ, ਅੱਧਾ ਇੰਚ ਮਾਰਜਨ ਦਾ। ਇਹਦਾ ਮੋਢਾ ਕੱਟਣ ਲਈ ਆਪਾਂ ਜੀ 7 'ਤੇ ਨਿਸ਼ਾਨ ਲਾਵਾਂਗੇ, ਇੱਧਰੋਂ ਵੀ ਆਪਾਂ 7 'ਤੇ ਨਿਸ਼ਾਨ ਲਾਵਾਂਗੇ। ਇਸ ਤਰ੍ਹਾਂ ਇਹ ਇੱਕ ਸਿੱਧੀ ਲਾਈਨ ਖਿੱਚ ਦਾਂਗੇ ਜੀ ਆਪਾਂ। ਉੱਧਰੋਂ ਆਪਾਂ ਜੀ ਜਿਹੜਾ ਤੀਰਾ 6.5 ਲਿਆ ਅਤੇ ਆਪਾਂ 7 ਦੀ ਸੇਧ ਨੂੰ ਇੱਥੋਂ ਵੀ 6.5 ਹੀ ਲਵਾਂਗੇ। ਇਹਨਾਂ ਨੂੰ ਆਪਸ ਵਿੱਚ ਇਸ ਤਰ੍ਹਾਂ ਮਿਲਾ ਦਾਂਗੇ ਜੀ ਆਪਾਂ। ਇਸ ਤਰ੍ਹਾਂ ਮਿਲ ਗਿਆ ਆਪਣਾ। ਹੁਣ ਜੀ ਆਪਾਂ ਲਵਾਂਗੇ ਕਮਰ ਸੀਨ। ਕਮਰ ਸੀਨ ਆਪਣੀ ਤਿਆਰ ਹੈਗੀ ਹੈ ਜੀ 15। ਆਪਾਂ ਲਵਾਂਗੇ ਜੀ 16, ਅੱਧਾ ਇੰਚ ਆਪਣਾ ਪਲੋਈ ਵਿੱਚ ਆ ਜੂਗਾ, ਅੱਧਾ ਇੰਚ ਆਪਣਾ ਸੀਨ ਵਿੱਚ ਆ ਜੂਗਾ ਮੋਢੇ ਦੀ ਸਿਲਾਈ 'ਚ। ਆਪਾਂ 16 ਲਵਾਂਗੇ ਜੀ। 16 ਦਾ ਆਪਾਂ ਹਾਫ ਕਰਾਂਗੇ ਜੀ 8। ਇਸ ਤਰ੍ਹਾਂ ਜਿਹੜੀ ਆਪਣੀ ਹਿੱਪ ਆ ਜੀ ਉਹ ਆਪਣੀ ਹੈਗੀ ਆ 23। ਆਪਾਂ 11.5 'ਤੇ ਨਿਸ਼ਾਨ ਲਾਵਾਂਗੇ, ਹਾਫ ਕਰਾਂਗੇ ਜੀ 23 ਦਾ। ਇਹ ਆਪਣੀ ਜੀ ਜਿਹੜੀ ਹੈਗੀ ਆ ਕਮਰ ਇਹ 19 ਆ ਜੀ। ਆਪਾਂ 10 'ਤੇ ਨਿਸ਼ਾਨ ਲਾਵਾਂਗੇ, ਅੱਧਾ ਅੱਧਾ ਇੰਚ ਆਪਣਾ ਪਲੋਈਆਂ ਦਾ ਆਜੂਗਾ ਜੀ ਇੱਥੋਂ। ਜਿਹੜੀ ਆਪਣੀ ਆਹ ਫਿਟਿੰਗ ਆ ਜੀ ਇਹ ਆਪਣੀ ਹੈਗੀ 10.5। ਇਹ ਆਪਾਂ 10.25 'ਤੇ ਨਿਸ਼ਾਨ ਲਾਵਾਂਗੇ ਜੀ। ਇਸ ਤਰ੍ਹਾਂ 10.25 'ਤੇ ਨਿਸ਼ਾਨ ਇੱਥੋਂ ਲਾਵਾਂਗੇ ਜੀ ਆਪਾਂ। ਜਿਹੜਾ ਆਪਾਂ 7 ਲੈ ਜੀ ਇਹਦਾ ਆਪਾਂ ਹਾਫ ਕਰਾਂਗੇ 3.5, ਅਤੇ ਇਹਦੀ ਕਾਟ ਪਾਵਾਂਗੇ ਜੀ ਆਪਾਂ 2 ਇੰਚ। 2 'ਤੇ ਨਿਸ਼ਾਨ ਲਾਵਾਂਗੇ। ਇਸ ਤਰ੍ਹਾਂ ਆਪਾਂ ਇਹਨੂੰ ਮਿਲਾ ਦਾਂਗੇ। ਉੱਧਰੋਂ ਆਪਾਂ ਜਿਹੜੀ ਫਿਟਿੰਗ ਵਾਲੀ ਨਿਸ਼ਾਨੀ ਲਾਈ ਆ ਉੱਥੋਂ ਲੈ ਲਾਂਗੇ ਜੀ। ਉੱਧਰੋਂ ਆਪਾਂ ਜਿਹੜਾ ਇਹ 7 ਹੈ ਇਹਦਾ ਆਪਾਂ ਹਾਫ ਕੀਤਾ ਇਸ ਤਰ੍ਹਾਂ। ਇਸ ਤਰ੍ਹਾਂ ਮਿਲਾ ਦਾਂਗੇ ਜੀ ਆਪਾਂ। ਹਾਂ ਦੇਖੋ ਇਸ ਤਰ੍ਹਾਂ। ਹਾਂਜੀ ਇਹ ਆਪਣੀ ਬੈਕ ਸਾਈਡ ਕਟਿੰਗ ਹੋ ਗਈ। ਇੱਥੋਂ ਆਪਾਂ ਅੱਧਾ ਇੰਚ ਡਾਊਨ ਕਰ ਦੇਣਾ ਜੀ। ਫਰੰਟ ਸਾਈਡ, ਬੈਕ ਸਾਈਡ ਨਹੀਂ ਕਰਨਾ, ਫਰੰਟ ਸਾਈਡ ਹੀ ਇਕੱਲਾ ਕਰਨਾ ਹੈ, ਅੱਧਾ ਇੰਚ ਡਾਊਨ। ਹਾਂਜੀ ਜਿਹੜੀ ਇਹਦੀ ਪਲੋਈ ਹੁੰਦੀ ਆ ਜੀ ਉਹ 11.5 'ਤੇ ਤਿਆਰ ਹੈ। ਆਪਾਂ 12 'ਤੇ ਨਿਸ਼ਾਨ ਲਾਵਾਂਗੇ, ਅੱਧਾ ਇੰਚ ਆਪਣਾ ਇਹਦੇ ਵਿੱਚੋਂ ਮਾਰਜਨ ਆ ਜਾਣਾ। ਅਤੇ ਜਿਹੜਾ ਇਹਦਾ ਨਿਸ਼ਾਨ ਹੈ ਜੀ ਪਲੋਈ ਦਾ ਇਹ 3.5 'ਤੇ ਲੱਗੂਗਾ, ਇਸ ਤਰ੍ਹਾਂ 3.5 'ਤੇ। ਇਹ ਪਲੋਈ ਪਾਵਾਂਗੇ ਜੀ ਆਪਾਂ 7 ਇੰਚ 'ਤੇ ਇਸ ਤਰ੍ਹਾਂ। ਇੱਥੋਂ ਵੀ 3.5, ਇੱਥੋਂ ਵੀ 3.5। ਜਿਹੜੀਆਂ ਛੋਟੀਆਂ ਪਲੋਈਆਂ ਹੈ ਜੀ ਉਹ ਆਪਾਂ ਜਿਹੜੀ ਆਹ ਵਾਲੀ ਚੁੰਡ ਹੈ ਇੱਥੋਂ ਰੱਖ ਕੇ ਆਪਾਂ ਇਸ ਤਰ੍ਹਾਂ ਇੰਚੀ ਟੇਪ ਉੱਧਰੋਂ ਪਲੋਈ ਦੇ ਨਾਲ ਇਸ ਤਰ੍ਹਾਂ ਆਪਾਂ ਇਸ ਤਰ੍ਹਾਂ ਨਿਸ਼ਾਨ ਲਾਵਾਂਗੇ ਜੀ। ਇੱਥੋਂ ਆਪਾਂ 2 ਇੰਚ ਛੱਡਣਾ। ਹਾਂਜੀ ਹੁਣ ਆਪਾਂ ਨੀਚੇ ਵਾਲੀ ਪਲੋਈ ਹੈ ਜਿਹੜੀ ਉਹ ਪਲੋਈ ਹਮੇਸ਼ਾ ਆਪਾਂ ਜਿਹੜੀ ਸਾਈਡ ਸੀਨ ਆਪਾਂ ਲਾਈ ਹੁੰਦੇ ਹਾਂ, ਸਾਈਡ ਸੀਨ ਵਾਲੀ ਜਿਹੜੀ ਆਪਣੀ ਨਿਸ਼ਾਨੀ ਲਾਈ ਹੁੰਦੀ ਆ ਉਹਦਾ ਜਿਹੜਾ ਆਪਾਂ ਹਾਫ ਕੀਤਾ ਹੁੰਦਾ ਇਹ ਜਿਹੜੀ ਪਲੋਈ ਹੈ ਇਹ ਉਹਦੇ ਹਾਫ 'ਤੇ ਹੀ ਪਾਉਣੀ ਚਾਹੀਦੀ ਹੈ ਜੀ। ਇੱਧਰੋਂ ਆਪਾਂ ਇਸ ਤਰ੍ਹਾਂ 1.5 ਇੰਚ ਛੱਡ ਦੇਣਾ ਜੀ, ਇੱਧਰੋਂ 1.25 ਛੱਡ ਦੇਣਾ ਆਪਾਂ। ਹਾਂ ਦੇਖੋ ਜੀ ਇੱਥੋਂ ਆਪਾਂ ਇਹ ਹਾਫ 'ਤੇ ਨਿਸ਼ਾਨੀ ਲੈ ਕੇ ਜਾਣੀ ਆ, ਇੱਥੋਂ ਨਿਸ਼ਾਨ ਲਾ ਕੇ ਇਸ ਤਰ੍ਹਾਂ। ਇਸ ਤਰ੍ਹਾਂ ਕੀ ਹੈ ਜੀ ਇੱਕ ਪਰਫੈਕਟ ਫਿਟਿੰਗ ਆਊਗੀ ਆਪਣੀ, ਇਹ ਹਾਫ 'ਤੇ ਇਸ ਤਰ੍ਹਾਂ ਲੈ ਕੇ ਜਾਣ ਨਾਲ। ਇਹ ਇੱਥੇ ਹੀ ਪਲੋਈ ਪਾਉਣੀ ਚਾਹੀਦੀ ਹੈ,
ਹਾਂਜੀ ਇਹ ਆਪਣੀ ਬੈਕ ਸਾਈਡ ਪੈ ਗਈ ਸੀ। ਹੁਣ ਆਪਾਂ ਜੀ ਅਗਲੀ ਸਾਈਡ ਆਪਾਂ ਇਹਦੀ ਪਾਉਣੀ ਆ ਡੇਢ ਇੰਚ ਦੀ ਕੱਟ ਇਸ ਤਰ੍ਹਾਂ। ਆਹ ਦੇਖੋ ਜੀ ਇਹ ਡੇਢ ਇੰਚ ਆਪਣੇ ਆਪ ਹੀ ਪੈ ਜਾਣੀ ਆ। ਜਿਹੜੀ ਆਪਾਂ ਫਰੰਟ ਸਾਈਡ ਦੀ ਕਾਟ ਪਾਉਣੀ ਹੁੰਦੀ ਹੈ ਇੱਥੋਂ ਹੀ ਲੈ ਕੇ ਜਾਣੀ ਆ ਆਪਾਂ, ਇੱਥੋਂ ਲੈ ਕੇ ਜਾਂਦਿਆਂ ਜਾਂਦਿਆਂ ਆਪਾਂ ਇਸ ਤਰ੍ਹਾਂ ਗਲਾਈ 'ਚ ਕਰ ਦੇਣੀ ਹੁੰਦੀ ਆ ਇਸ ਤਰ੍ਹਾਂ। ਜਿਹੜਾ ਆਹ ਤਿਕੋਨਾ ਬਣਿਆ ਹੁੰਦਾ ਇਹ ਬਿਲਕੁਲ ਨਹੀਂ ਲਾਉਣਾ ਜੀ। ਕਈ ਭੈਣਾਂ ਮੇਰੀਆਂ ਇਸ ਤਰ੍ਹਾਂ ਐਂ ਕਰਕੇ ਐਂ ਲਾ ਦਿੰਦੀਆਂ, ਨਹੀਂ ਇਹ ਨਹੀਂ ਲਾਉਣਾ ਜੀ। ਇੱਥੋਂ ਫਿਰ ਆਪਣਾ ਕੀ ਆ ਕਮੀਜ਼ ਖਿੱਚਿਆ ਜਾਂਦਾ ਅਤੇ ਟਾਈਟ ਹੋ ਜਾਂਦਾ, ਇੱਥੋਂ ਨਹੀਂ ਆਪਾਂ ਇੱਥੋਂ ਇਸ ਤਰ੍ਹਾਂ ਗਲਾਈ 'ਚ ਲੈ ਕੇ ਜਾਣਾ। ਇਹ ਆਪਣੀ ਫਰੰਟ ਸਾਈਡ ਦੀ ਕਾਟ ਪੈ ਗਈ ਜੀ। ਬਾਕੀ ਜਦੋਂ ਨੈੱਕ ਤਿਆਰ ਹੋ ਜਾਂਦਾ ਥੋੜ੍ਹੀ ਬਹੁਤੀ ਕਾਟ ਉਦੋਂ ਵੀ ਆਪਣੀ ਫਰੰਟ ਸਾਈਡ ਤੋਂ ਪੈ ਜਾਂਦੀ ਹੈ। ਹਾਂਜੀ ਹੁਣ ਆਪਾਂ ਕਰਾਂਗੇ ਕਟਿੰਗ। ਆਹ ਦੇਖੋ ਜੀ ਫਰੰਟ ਸਾਈਡ ਤੋਂ ਆਪਣਾ ਅੱਧਾ ਇੰਚ ਲਾਉਣਾ ਇਸ ਤਰ੍ਹਾਂ। ਇਹ ਫਰੰਟ ਸਾਈਡ ਦਾ ਅੱਧਾ ਇੰਚ ਲਾਉਣ ਨਾਲ ਕੀ ਹੈ ਜੀ ਆਪਣਾ ਜਿਹੜਾ ਗਲਾ ਉਹ ਬੈਕ ਸਾਈਡ ਨੂੰ ਕਦੇ ਨਹੀਂ ਡਿੱਗੂਗਾ, ਕਦੇ ਵੀ ਇੱਕ ਪਰਫੈਕਟ ਫਿਟਿੰਗ ਆਊਗੀ। ਜਿਹੜੇ ਇਹ ਨਿਸ਼ਾਨ ਲਾਏ ਹੁੰਦੇ ਆ ਜੀ ਫਿਟਿੰਗ ਦਾ ਕਮਰ ਦਾ, ਇੱਥੇ ਟੋਕ ਲਾਉਣਾ ਬਹੁਤ ਜ਼ਰੂਰੀ ਹੈ ਜੀ ਇਸ ਤਰ੍ਹਾਂ। ਜਦੋਂ ਆਪਾਂ ਸਿਲਾਈ ਕਰਦੇ ਹਾਂ ਜੀ ਨੈੱਕ ਜੋੜਨ ਤੋਂ ਬਾਅਦ ਵਿੱਚ ਜਦੋਂ ਆਪਾਂ ਸਾਈਡ ਸੀਨ ਦੀ ਸਿਲਾਈ ਲਗਾਉਂਦੇ ਹਾਂ ਤਾਂ ਆਪਾਂ ਇਹ ਜਿਹੜਾ ਹੈਗਾ ਨਿਸ਼ਾਨ ਆਪਣਾ ਟੋਕ ਲਾਈਏ, ਟੋਕ ਦੇ ਨਾਲ ਟੋਕ ਜ਼ਰੂਰ ਆਪਣੀ ਮਿਲਣੀ ਚਾਹੀਦੀ ਹੈ। ਫਿਰ ਆਪਣਾ ਕੀ ਹੈ ਜੀ ਕਾਣੋ ਵੀ ਨਹੀਂ ਪੈਂਦੀ ਕਮੀਜ਼ ਵਿੱਚ ਅਤੇ ਆਪਣਾ ਕਮੀਜ਼ ਬੈਕ ਸਾਈਡ ਵੀ ਨੂੰ ਵੀ ਨਹੀਂ ਜਾਂਦਾ ਹੈਗਾ, ਇੱਕ ਪਰਫੈਕਟ ਤਰੀਕੇ ਦੇ ਨਾਲ ਆਪਣੀ ਫਿਟਿੰਗ ਆਊਗੀ ਜੀ। ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।